ਕਰਕੇ ਜੀ ਤੁਸੀਂ ਵੀ ਕਲਟੀ ਨੇ ਪੈਰਿਜ ਕੇ ਰਸ ਪੈਸ਼ ਕਰਨਾ ਚਾਹੁੰਦੇ ਹੋ ਅੱਜ ਅਸਾਂ ਕੀ ਵੀ ਦੱਸੋ ਸਰ ਦੁਨੀਆ ਕੀ ਹਕੀਕਤ ਦੱਸੀ ਫੇਕ ਆਈਡੀਆਂ ਨੇ ਪੈਰਿਜ ਮੈਂ ਇਹ ਆਖਣਾ ਚਾਹੁੰਦਾ ਹਾਂ ਕਿ ਸਭ ਤੋਂ ਜ਼ਿਆਦਾ ਕੁੜੀਆਂ ਦੀਆਂ ਫੇਕ ਆਈਡੀਆਂ ਪੇਟੀ ਨਾਮੀ ਜਗ੍ਹਾ ਤੋਂ ਰਿਪੋਰਟ ਹੋਈਆਂ ਨੇ ਮੈਂ ਦੱਸਾਂ ਕਿ ਆਪਣੀ ਰਦਾਤ ਸੁਣਾਉਣਾ ਹੈ ਕਿ ਜਦੋਂ ਮੈਂ ਵੀ ਬਣਾਈ ਤਾਂ ਸਭ ਤੋਂ ਪਹਿਲੇ ਲੌਗਇਨ ਮਾਰਿਆ ਤਾਂ ਮੈਂ ਦੇਖਿਆ ਵੀ ਕਿ ਪਹਿਲੇ ਸੋ ਇੱਕ ਪਾਪਾ ਨੇ ਪ੍ਰਿੰਸੈਸ ਆਈਡੀ ਨੇ ਨਾਂ ਸੂ ਰਿਕੁਐਸਟ ਆਈ ਹੋਈ ਸੀ ਮੈਂ ਬੜਾ ਹੈਰਾਨ ਹੋਇਆ ਮੈਂ ਸੀ ਆਈ ਏ ਵਾਲੇ ਕੀ ਦੱਸਿਆ ਜਦੋਂ ਉਹਨਾਂ ਖੋਜ ਲਾਈ ਨੇ ਤਾਂ ਪਤਾ ਚੱਲਿਆ ਪਿੰਡੀ ਵਿੱਚ ਦੋ ਕਬੇ ਨੇ ਇੱਕ ਜਗਤਨ ਦੀ ਆਈਡੀ ਸੀ ਫਿਰ ਕੋਈ ਸਾਲ ਬਾਅਦ ਮੇਰੀ ਰਿਕੁਐਸਟ ਆਈ ਜੰਗਲੀ ਬਿੱਲੀ ਵਾਲੀ ਆਈਡੀ ਸੋ ਮੈਂ ਰਿਕੁਐਸਟ ਐਕਸੈਪਟ ਕੀਤੀ ਗੱਲਬਾਤ ਸ਼ੁਰੂ ਹੋਈ ਮੇਰੀ ਉਸ ਨਾਲ ਪਿਆਰ ਹੋ ਗਿਆ ਮੈਂ ਸੋਸ ਵਾਲੇ ਕਾਰਡ ਸੈਂਡ ਕੀਤੇ ਉਸਕੀ ਇੱਥੋਂ ਅਮਰੀਕਾ ਤੋਂ ਚਾਕਲੇਟਾਂ ਭੇਜੀਆਂ ਉਸਕੀ ਮੈਂ ਨਿਊਡਸ ਵੀ ਸੈਂਡ ਕਰਨਾ ਰਿਹਾ ਹਾਂ ਮੈਂ ਆਪਣੇ ਅੰਮੀ ਅੱਬੂ ਨਾਲ ਗੱਲ ਕਰੀ ਤਾਂ ਰਿਸ਼ਤਾ ਵੀ ਭੇਜਣ ਲੱਗਿਆ ਸਰ ਉਸਨੇ ਕਾਰ ਬੈਟ ਇੱਕ ਰੋਜ਼ ਪਤਾ ਚੱਲਿਆ ਕਿ ਉਹ ਵੀ ਕਿਸੇ ਕਹਿੰਦੇ ਬੁੱਲਾਂ ਨੇ ਜਗਤੇ ਨਹੀਂ ਫੇਕ ਆਈ ਡੀ ਸੀ ਮਾੜੇ ਕੋਲੋਂ ਬੈਲੈਂਸ ਖਾਣਾ ਰਿਹਾ ਅਤੇ ਮਾੜੇ ਨਿਊਡਸ ਪੂਰੇ ਪਿੰਡ ਵਿੱਚ ਵਾਇਰਲ ਕਰਾਈ ਛੋੜੇ ਨਿਊਸ ਫਿਰ ਮੈਂ ਰੋਗ ਵਿੱਚ ਬਹੁਤ ਚਰਸਾਂ ਚੀਕੀਆਂ ਬਹੁ ਨਸ਼ੇ ਕੀਤੇ ਫਿਰ ਜਦੋਂ ਹੋਸ਼ ਆਇਆ ਤਾਂ ਫਿਰ ਮੈਂ ਫੇਕ ਆਈ ਡੀ ਦੇ ਖਿਲਾਫ਼ ਐਕਸ਼ਨ ਸ਼ੁਰੂ ਕੀਤਾ ਤਾਂ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਕਿ ਰਾਮੀ ਅਬਾਜ਼ ਆਈ ਜਾਓ ਨਹੀਂ ਤਾਂ ਮਰੀ ਰੋਡ ਉੱਪਰ ਖੁਸਰਿਆਂ ਨਾਲ ਛੋੜ ਸਾਂ ਨੇ ਤੁਸੀਂ ਸਾਰਿਆਂ ਕੀ ਅੱਗੇ ਆਪ ਸਮਝਦਾ ਆ ਰਹੇ ਹੋ ਸਾਰੇ ਚਲੋ ਜੀ ਮੈਂ ਜੁਲਿਆ ਮਿੱਕੀ ਬਹੁਤ ਐਟ ਮੁਤਰ ਆਇਆ ਨੇ ਰੱਬ ਰੱਖ